ਇਸ ਵੇਲੇ ਪੰਜਾਬ ਦੇ ਦੋ ਸਿਆਸੀ ਲੀਡਰ ਆ ਜਿਨ੍ਹਾਂ ਦਾ ਨਾਮ ਪੰਜਾਬ ਦੇ ਡਰੱਗ ਕੇਸ ਦੇ ਵਿੱਚ ਇਸ ਵੇਲੇ ਚਰਚਾ 'ਚ ਆ। ਵੈਸੇ ਜ਼ਿਆਦਾ ਚਰਚਾ ਜਿਹੜੀ ਆ ਉਹ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਆ। ਕੱਲ੍ਹ ਇੱਕ ਅਖਬਾਰ 'ਚ ਖਬਰ ਛਪੀ ਸੀ ਵੀ ਕੁਝ ਜਿਹੜੇ ਡਰੱਗਸ ਦੇ ਮੁਲਜ਼ਮ ਆ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਅਤੇ ਕਿਵੇਂ ਉਹਨਾਂ ਨੇ ਆਪਣੇ ਹੱਥੀ ਬਿਕਰਮ ਸਿੰਘ ਮਜੀਠੀਆ ਨੂੰ ਕਰੀਬ 30-35 ਲੱਖ ਰੁਪਈਆ 2007 ਤੋਂ 2012 ਦੇ ਵਿੱਚ ਦਿੱਤਾ ਸੀ। ਅੱਜ ਬਾਕੀ ਖਬਰਾਂ ਜਿਹੜੀਆਂ ਬਾਕੀ ਅਖਬਾਰਾਂ 'ਚ ਵੀ ਇਹ ਖਬਰ ਛਪੀ ਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਜਿਹੜੀ ਖਬਰ ਆ ਬਿਲਕੁਲ ਬੇਬੁਨਿਆਦ ਆ ਔਰ ਇਸ ਵੇਲੇ ਇਹਦੀ ਟਾਈਮਿੰਗ ਜਿਹੜੀ ਆ ਕਿਉਂਕਿ ਕੱਲ੍ਹ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣਾ ਇਹਦੇ ਕਰਕੇ ਖਬਰਾਂ ਅੱਜ ਕੱਲ੍ਹ ਆ ਰਹੀਆਂ ਵਾ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਮੇਰਾ ਖਿਆਲ ਆ ਬਿਕਰਮ ਸਿੰਘ ਮਜੀਠੀਆ ਜੋ ਕਹਿ ਰਹੇ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਇਹ ਜੋ ਇਕਬਾਲੀਆ ਬਿਆਨ ਇੱਕ ਮੁਲਜ਼ਮ ਦੇ ਆਏ ਆ ਜਿਹਨਾਂ 'ਚ ਉਹਨਾਂ ਦਾ ਨਾਂ ਆਇਆ ਵਾ ਇਹ ਜਿਹੜੀ ਚਾਰਜਸ਼ੀਟ ਕੋਰਟ ਦੇ ਵਿੱਚ ਦਾਇਰ ਹੋਈ ਆ ਅੱਜ ਤੋਂ ਕੋਈ 10-12 ਦਿਨ ਪਹਿਲਾਂ ਉਹਦਾ ਹਿੱਸਾ ਵਾ ਉਹਦੇ 'ਚ ਜਿਹੜੀ ਇਕਬਾਲੀਆ ਬਿਆਨ ਹੈ ਨੱਥੀ ਹੋਇਆ ਵਾ ਉਸ ਚਾਰਜਸ਼ੀਟ ਦੇ ਵਿੱਚ। ਸੋ ਇਸ ਕਰਕੇ ਇਹ ਖਬਰ ਤਾਂ ਕਈ ਦਿਨ ਪਹਿਲਾਂ ਐਕਚੁਲੀ ਆ ਜਾਣੀ ਚਾਹੀਦੀ ਸੀਗੀ। ਸੋ ਇਹਨਾਂ ਦਿਨਾਂ ਦੇ ਵਿੱਚ ਜੇ ਖਬਰ ਆਈ ਹੈ ਤਾਂ ਖਬਰ ਇੱਕ ਤਰੀਕੇ ਨਾਲ ਲੇਟ ਆਈ ਆ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਲੱਗਾ ਔਰ ਜਿਹਦੇ 'ਚ ਕਿਸੇ ਦਾ ਵੈਸਟਰਨ ਇੰਟਰਸਟ ਹੁੰਦਾ ਜਾਂ ਇਨਫੋਰਸਮੈਂਟ ਡਾਇਰੈਕਟਰੇਟ 'ਚ ਕਿਸੇ ਦਾ ਇਹ ਇੰਟਰਸਟ ਹੁੰਦਾ ਤਾਂ ਸ਼ਾਇਦ ਉਹ ਇਨਫੋਰਸਮੈਂਟ ਡਾਇਰੈਕਟਰ ਵਾਲੇ ਅਫਸਰ ਜਿਹੜੇ ਆ ਉਹਨਾਂ ਨੇ ਆਪੇ ਹੀ ਇਹ ਖਬਰ ਜਿਹੜੀ ਸੀ ਬਾਹਰ ਦੇ ਦੇਣੀ ਚਾਹੀਦੀ ਸੀ। ਇਸ ਤੋਂ ਬਾਅਦ ਹੁਣ ਇਹ ਜ਼ਰੂਰ ਵਿਧਾਨ ਸਭਾ 'ਚ ਦੀ ਚਰਚਾ ਤਾਂ ਹੋਊਗੀ ਔਰ ਸਾਰੇ ਕਹਿ ਵੀ ਰਹੇ ਆ ਕਾਂਗਰਸ ਦੇ ਲੀਡਰ ਕਹਿ ਰਹੇ ਆ ਉਹ ਅਸਤੀਫਾ ਮੰਗ ਰਹੇ ਉਹਨਾਂ ਦਾ। ਮੇਰੇ ਖਿਆਲ ਉਹਨਾਂ ਦੀ ਕੈਬਨਿਟ ਦੇ ਵਿੱਚ ਰਹਿਣਾ ਕਾਫੀ ਮੁਸ਼ਕਲ ਹੋਈ ਕਿਉਂਕਿ ਜੇ ਜੋ ਖਬਰਾਂ ਇਹਨਾਂ ਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਹੈ ਪਰ ਉਹਨਾਂ 'ਤੇ ਇਲਜ਼ਾਮ ਜਿਹੜਾ ਲੱਗ ਗਿਆ ਵਾ ਜਿਹਨਾਂ 'ਚ ਤੱਕ ਉਹ ਇਹਦੇ 'ਚੋਂ ਸਾਫ਼ ਹੋ ਕੇ ਬਾਹਰ ਨਹੀਂ ਨਿਕਲਦੇ ਮੇਰੇ ਖਿਆਲ ਉਹਨਾਂ ਦਾ ਕੈਬਨਿਟ ਦੇ ਵਿੱਚ ਰਹਿਣਾ ਔਰ ਮੁੱਖ ਮੰਤਰੀ ਵਾਸਤੇ ਉਹਨਾਂ ਨੂੰ ਕੈਬਨਿਟ 'ਚ ਰੱਖਣਾ ਕਾਫੀ ਮੁਸ਼ਕਲ ਹੋਜੂ। ਦੂਜੇ ਲੀਡਰ ਜਿਹਨਾਂ ਦਾ ਨਾਂ ਆ ਰਿਹਾ ਵਾ ਸੁਖਪਾਲ ਸਿੰਘ ਖਹਿਰਾ ਪੰਜਾਬ ਪੁਲਿਸ ਦੇ ਇੱਕ ਆਈ ਜੀ ਪਰਮਰਾਜ ਉਮਰਾਨੰਗਲ ਨੇ ਕਿਹਾ ਵਾ ਕਿ ਸੁਖਪਾਲ ਸਿੰਘ ਖਹਿਰਾ ਦੇ ਇੱਕ ਹੋਰ ਡਰੱਗ ਜਿਹੜੇ ਵਿੱਚ ਤਸਕਰੀ ਕਰਦੇ ਆ ਗੁਰਦੇਵ ਸਿੰਘ ਉਹਨਾਂ ਨਾਲ ਉਹਨਾਂ ਦੇ ਸੰਬੰਧ ਆ। ਖਹਿਰਾ ਨੇ ਕਿਹਾ ਕਿ ਉਹਨਾਂ ਦਾ ਇਹ ਬਿਲਕੁਲ ਬੇਬੁਨਿਆਦ ਆ ਔਰ ਉਹਨਾਂ ਦਾ ਜਿਹੜਾ ਸਿਆਸੀ ਭਵਿੱਖ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਵਾ। ਤੁਹਾਨੂੰ ਪਤਾ ਹੀ ਇਹਨਾਂ ਦਿਨਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਵੀ ਸ਼ਾਇਦ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਛੱਡ ਕੇ ਕਿਸੇ ਹੋਰ ਮਹਿਕਮੇ ਤੋਂ ਉਹਨਾਂ ਦੀ ਇਨਕੁਆਇਰੀ ਕਰਾ ਲਓ ਕਿਉਂਕਿ ਇਹਦੇ 'ਚ ਇੱਕ ਤਰੀਕੇ ਦਾ ਪੋਲੀਟੀਕਲ ਵਿੰਡੈਟਾ ਸਿਆਸੀ ਰੰਗਤ ਨਜ਼ਰ ਆ ਰਹੀ ਆ। ਮੇਰੇ ਖਿਆਲ ਬਿਹਤਰ ਹੋਊਗਾ ਕਿ ਪੰਜਾਬ ਗਵਰਨਮੈਂਟ ਜਿਹੜੀ ਆ ਜਾਂ ਤਾਂ ਇਹ ਕੇਸ CBI ਨੂੰ ਦੇ ਦੇਵੇ ਜਾਂ ਹਾਈਕੋਰਟ ਨੂੰ ਕਹੇ ਵੀ ਹਾਈਕੋਰਟ ਇੱਕ SIT ਦਾ ਗਠਨ ਕਰੇ। ਹੁਣ SIT ਦਾ ਗਠਨ IG ਨੇ ਆਪਣੇ ਲੈਵਲ 'ਤੇ ਕੀਤਾ ਔਰ ਉਹਦੇ ਸਾਰੇ ਪੁਲਿਸ ਅਧਿਕਾਰੀ ਆ। ਇਹ ਬਿਹਤਰ ਹੋਊਗਾ ਕਿ ਜੇ ਹਾਈਕੋਰਟ ਇੱਕ SIT ਦਾ ਗਠਨ ਕਰੇ ਜਿਹਦੇ 'ਚ ਪੁਲਿਸ ਵਾਲੇ ਵੀ ਹੋਣ ਕੋਈ ਸ਼ਾਇਦ ਰਿਟਾਇਰਡ ਜੱਜ ਵੀ ਹੋਵੇ ਜਾਂ ਹੋਰ ਵੀ ਕੋਈ ਲੋਕ ਹੋਣ ਉਹਦੇ ਨਾਲ ਸਾਰਿਆਂ ਨੂੰ ਲੱਗੇਗਾ ਕਿ ਇਹ ਬਿਲਕੁਲ ਸਹੀ ਇਨਕੁਆਇਰੀ ਜਿਹੜੀ ਆ ਇਹ ਹੋ ਰਹੀ ਹੈ।